ਇੱਕ 3 ਬੱਚਿਆਂ ਦਾ ਪਿਓ ਆਪਣੀ ਗਰਲਫ੍ਰੈਂਡ ਦੇ ਨਾਲ ਫਰਾਰ ਹੋ ਗਿਆ ਤੇ ਮੌਕੇ ਦੇ ਉੱਤੇ ਹੁਣ ਪਤਨੀ ਪਹੁੰਚੀ ਹੈ। ਪਤੀ ਨੂੰ ਗਰਲਫ੍ਰੈਂਡ ਸਮੇਤ ਮੌਕੇ ਦੇ ਉੱਤੇ ਹੀ ਕਾਬੂ ਕਰ ਲਿਆ ਗਿਆ। ਜੀ ਹਾਂ, ਦੱਸ ਦਈਏ ਕਿ ਇਹ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ, ਜਿੱਥੇ ਕਿ 8 ਸਾਲ ਪਹਿਲਾਂ ਇੱਕ ਵਿਅਕਤੀ ਨੇ ਆਪਣੀ ਲਵ ਮੈਰਿਜ ਕਰਵਾਈ ਸੀ ਅਤੇ ਉਸ ਤੋਂ ਬਾਅਦ ਉਸਦੇ 3 ਬੱਚੇ ਹੁੰਦੇ ਨੇ। 3 ਬੱਚਿਆਂ ਤੋਂ ਬਾਅਦ ਵਿਅਕਤੀ ਨੂੰ ਫਿਰ ਕਿਸੇ ਹੋਰ ਕੁੜੀ ਦੇ ਨਾਲ ਪਿਆਰ ਹੋ ਜਾਂਦਾ ਅਤੇ ਦੋਵਾਂ ਦੇ ਵਿੱਚ ਪ੍ਰੇਮ ਸੰਬੰਧ ਬਣ ਜਾਂਦੇ ਨੇ। ਤਾਂ ਦੱਸਿਆ ਜਾ ਰਿਹਾ ਕਿ ਹੁਣ ਦੋਵੇਂ ਹੀ ਘਰ ਤੋਂ ਫਰਾਰ ਹੋ ਗਈ ਸੀ। ਵਿਅਕਤੀ ਆਪਣੀ ਗਰਲਫ੍ਰੈਂਡ ਸਮੇਤ ਫਰਾਰ ਹੋਇਆ ਸੀ, ਜੋ ਕਿ ਨਾਲ ਦੇ ਹੀ ਇਲਾਕੇ ਦੇ ਵਿੱਚ ਜਦੋਂ ਰਹਿਣ ਦੇ ਲਈ ਆਇਆ ਤਾਂ ਉਸਦੀ ਪਤਨੀ ਨੂੰ ਇਸਦੀ ਭਿਣਕ ਪੈ ਜਾਂਦੀ ਹੈ। ਪਤਨੀ ਆਪਣੇ ਭਰਾ ਦੇ ਨਾਲ ਮਿਲ ਕੇ ਜਦੋਂ ਮੌਕੇ 'ਤੇ ਪਹੁੰਚਦੀ ਹੈ ਤਾਂ ਮੌਕੇ ਦੇ ਉੱਤੇ ਕਾਫੀ ਹੰਗਾਮਾ ਹੋ ਜਾਂਦਾ ਹੈ। ਹੰਗਾਮਾ ਹੋਣ ਤੋਂ ਬਾਅਦ ਆਲੇ ਦੁਆਲੇ ਦੇ ਲੋਕਾਂ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਅਤੇ ਪੁਲਿਸ ਜਦੋਂ ਮੌਕੇ ਦੇ ਉੱਤੇ ਪਹੁੰਚਦੀ ਹੈ ਤਾਂ ਪਤਨੀ ਦੇ ਵੱਲੋਂ ਸਾਰੀ ਸੱਚਾਈ ਖੁਦ ਹੀ ਬਿਆਨ ਕੀਤੀ ਜਾਂਦੀ ਹੈ। ਉਸਦਾ ਕਹਿਣਾ ਹੈ ਕਿ 8 ਸਾਲ ਪਹਿਲਾਂ ਇਹਨਾਂ ਦੀ ਵੀ ਲਵ ਮੈਰਿਜ ਹੋਈ ਸੀ, ਸਾਰਾ ਕੁਝ ਠੀਕ ਚੱਲ ਰਿਹਾ ਸੀ, ਪਰ ਅਚਾਨਕ ਹੀ ਜੋ ਉਸਦਾ ਪਤੀ ਹੁੰਦਾ ਉਸਨੂੰ ਇੱਕ ਹੋਰ ਲੜਕੀ ਦੇ ਨਾਲ ਪਿਆਰ ਹੋ ਜਾਂਦਾ, ਦੋਵਾਂ ਦੇ ਵਿੱਚ ਪ੍ਰੇਮ ਸੰਬੰਧ ਬਣ ਜਾਂਦੇ ਨੇ ਅਤੇ ਫਿਰ ਦੱਸਿਆ ਜਾ ਰਿਹਾ ਕਿ ਦੋਵੇਂ ਹੀ ਗਰਲਫ੍ਰੈਂਡ ਅਤੇ ਉਸਦਾ ਪਤੀ ਦੋਵੇਂ ਹੀ ਫਰਾਰ ਹੋ ਜਾਂਦੇ ਨੇ ਅਤੇ ਹੁਣ ਜਦੋਂ ਉਹ ਨੇੜੇ ਦੇ ਇਲਾਕੇ ਦੇ ਵਿੱਚ ਆਏ ਤਾਂ ਉਸਨੂੰ ਇਸਦੀ ਭਿਣਕ ਪੈ ਗਈ ਅਤੇ ਉਹ ਮੌਕੇ ਦੇ ਉੱਤੇ ਪਹੁੰਚੀ ਹੈ ਅਤੇ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ। ਕੀ ਆਪਣਾ? ਮੇਰਾ ਨਾਮ ਨਿਖਾ ਹੈ। ਕੀ ਹੋਇਆ ਕੀ ਮੈਡਮ? ਮੇਰਾ ਘਰ ਵਾਲਾ ਇੱਥੇ ਸ਼ੀਤਲ ਨਾਮ ਦੀ ਕੁੜੀ ਨਾਲ ਚਲੀ ਗਈ ਹੈ ਭੱਜ ਗਈ ਸੋਮਵਾਰ ਦੀ। ਸੋਮਵਾਰ ਦੀ ਭੱਜੀ ਹੋਈ ਹੈ? ਹਾਂਜੀ। ਨਹੀਂ ਕੀ ਮਤਲਬ ਅੱਜ ਕਿੱਦਾਂ ਫੜਿਆ? ਅੱਜ ਫੜਿਆ, ਮੈਂ ਹਫ਼ਤੇ ਦਾ ਮੈਂ ਦੇਖ ਰਹੀ ਸੀਗੀ, ਮੈਂ ਕੰਪਲੇਂਟ ਕੀਤੀ ਫੜਿਆ ਗਿਆ। ਇੱਕ 3 ਬੱਚਿਆਂ ਦਾ ਪਿਓ ਆਪਣੀ ਗਰਲਫ੍ਰੈਂਡ ਦੇ ਨਾਲ ਫਰਾਰ ਹੋ ਗਿਆ ਤੇ ਮੌਕੇ ਦੇ ਉੱਤੇ ਹੁਣ ਪਤਨੀ ਪਹੁੰਚੀ ਹੈ। ਪਤੀ ਨੂੰ ਗਰਲਫ੍ਰੈਂਡ ਸਮੇਤ ਮੌਕੇ ਦੇ ਉੱਤੇ ਹੀ ਕਾਬੂ ਕਰ ਲਿਆ ਗਿਆ। ਜੀ ਹਾਂ, ਦੱਸ ਦਈਏ ਕਿ ਇਹ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ, ਜਿੱਥੇ ਕਿ 8 ਸਾਲ ਪਹਿਲਾਂ ਇੱਕ ਵਿਅਕਤੀ ਨੇ ਆਪਣੀ ਲਵ ਮੈਰਿਜ ਕਰਵਾਈ ਸੀ ਅਤੇ ਉਸ ਤੋਂ ਬਾਅਦ ਉਸਦੇ 3 ਬੱਚੇ ਹੁੰਦੇ ਨੇ। 3 ਬੱਚਿਆਂ ਤੋਂ ਬਾਅਦ ਵਿਅਕਤੀ ਨੂੰ ਫਿਰ ਕਿਸੇ ਹੋਰ ਕੁੜੀ ਦੇ ਨਾਲ ਪਿਆਰ ਹੋ ਜਾਂਦਾ ਅਤੇ ਦੋਵਾਂ ਦੇ ਵਿੱਚ ਪ੍ਰੇਮ ਸੰਬੰਧ ਬਣ ਜਾਂਦੇ ਨੇ। ਤਾਂ ਦੱਸਿਆ ਜਾ ਰਿਹਾ ਕਿ ਹੁਣ ਦੋਵੇਂ ਹੀ ਘਰ ਤੋਂ ਫਰਾਰ ਹੋ ਗਈ ਸੀ। ਵਿਅਕਤੀ ਆਪਣੀ ਗਰਲਫ੍ਰੈਂਡ ਸਮੇਤ ਫਰਾਰ ਹੋਇਆ ਸੀ, ਜੋ ਕਿ ਨਾਲ ਦੇ ਹੀ ਇਲਾਕੇ ਦੇ ਵਿੱਚ ਜਦੋਂ ਰਹਿਣ ਦੇ ਲਈ ਆਇਆ ਤਾਂ ਉਸਦੀ ਪਤਨੀ ਨੂੰ ਇਸਦੀ ਭਿਣਕ ਪੈ ਜਾਂਦੀ ਹੈ। ਪਤਨੀ ਆਪਣੇ ਭਰਾ ਦੇ ਨਾਲ ਮਿਲ ਕੇ ਜਦੋਂ ਮੌਕੇ 'ਤੇ ਪਹੁੰਚਦੀ ਹੈ ਤਾਂ ਮੌਕੇ ਦੇ ਉੱਤੇ ਕਾਫੀ ਹੰਗਾਮਾ ਹੋ ਜਾਂਦਾ ਹੈ। ਹੰਗਾਮਾ ਹੋਣ ਤੋਂ ਬਾਅਦ ਆਲੇ ਦੁਆਲੇ ਦੇ ਲੋਕਾਂ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਅਤੇ ਪੁਲਿਸ ਜਦੋਂ ਮੌਕੇ ਦੇ ਉੱਤੇ ਪਹੁੰਚਦੀ ਹੈ ਤਾਂ ਪਤਨੀ ਦੇ ਵੱਲੋਂ ਸਾਰੀ ਸੱਚਾਈ ਖੁਦ ਹੀ ਬਿਆਨ ਕੀਤੀ ਜਾਂਦੀ ਹੈ। ਉਸਦਾ ਕਹਿਣਾ ਹੈ ਕਿ 8 ਸਾਲ ਪਹਿਲਾਂ ਇਹਨਾਂ ਦੀ ਵੀ ਲਵ ਮੈਰਿਜ ਹੋਈ ਸੀ, ਸਾਰਾ ਕੁਝ ਠੀਕ ਚੱਲ ਰਿਹਾ ਸੀ, ਪਰ ਅਚਾਨਕ ਹੀ ਜੋ ਉਸਦਾ ਪਤੀ ਹੁੰਦਾ ਉਸਨੂੰ ਇੱਕ ਹੋਰ ਲੜਕੀ ਦੇ ਨਾਲ ਪਿਆਰ ਹੋ ਜਾਂਦਾ, ਦੋਵਾਂ ਦੇ ਵਿੱਚ ਪ੍ਰੇਮ ਸੰਬੰਧ ਬਣ ਜਾਂਦੇ ਨੇ ਅਤੇ ਫਿਰ ਦੱਸਿਆ ਜਾ ਰਿਹਾ ਕਿ ਦੋਵੇਂ ਹੀ ਗਰਲਫ੍ਰੈਂਡ ਅਤੇ ਉਸਦਾ ਪਤੀ ਦੋਵੇਂ ਹੀ ਫਰਾਰ ਹੋ ਜਾਂਦੇ ਨੇ ਅਤੇ ਹੁਣ ਜਦੋਂ ਉਹ ਨੇੜੇ ਦੇ ਇਲਾਕੇ ਦੇ ਵਿੱਚ ਆਏ ਤਾਂ ਉਸਨੂੰ ਇਸਦੀ ਭਿਣਕ ਪੈ ਗਈ ਅਤੇ ਉਹ ਮੌਕੇ ਦੇ ਉੱਤੇ ਪਹੁੰਚੀ ਹੈ ਅਤੇ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ। ਕੀ ਆਪਣਾ? ਮੇਰਾ ਨਾਮ
ਨਾਮ ਨਿਭਾਏ। ਹਾਂਜੀ, ਕੀ ਹੋਇਆ ਕੀ ਮੈਡਮ? ਮੇਰਾ ਘਰ ਵਾਲਾ ਇੱਥੇ ਸ਼ੀਤਲ ਨਾਮ ਦੀ ਕੁੜੀ ਨਾਲ ਚਲੀ ਗਈ ਹੈ ਭੱਜ ਕੇ ਸੋਮਵਾਰ ਦੀ। ਸੋਮਵਾਰ ਦੀ ਭੱਜੀ ਹੋਈ ਹੈ? ਹਾਂਜੀ। ਨਹੀਂ ਕੀ ਮਤਲਬ ਅੱਜ ਕਿੱਦਾਂ ਫੜਿਆ? ਅੱਜ ਫੜਿਆ, ਮੈਂ ਹਫ਼ਤੇ ਦਾ ਮੈਂ ਦੇਖ ਰਹੀ ਸੀਗੀ, ਮੈਂ ਕੰਪਲੇਨ ਕੀਤੀ ਕਿ ਨਾ ਕਿ ਪਾ ਕੇ ਰੱਖਿਆ ਪਿਆ ਕੁੜੀ ਮੁੰਡਾ ਨੂੰ ਪਤਾ ਲੱਗ ਗਿਆ ਨਹੀਂ ਕਰਨ ਮੰਗ ਕੀ ਕਰਦੇ ਮੌਕੇ ਤੇ ਪੁੱਛਿਆ ਸੀ ਮੈਂ ਹੁਣ ਮੌਕੇ ਤੇ ਘਰ ਵਾਲਾ ਫੜਿਆ ਗਿਆ। ਸਾਫ਼ ਚਾਹੀਦਾ, ਹੋਰ ਮੈਨੂੰ ਕੁਛ ਨਹੀਂ ਚਾਹੀਦਾ, ਮੈਂ ਝੂ
ਕਿੰਨੇ ਚਿਰ ਹੋ ਗਈ ਨਿਆਣਾ ਵੀ ਆਪਣਾ ਅੱਛਾ ਹੁਣ ਕੀ ਕਹਿੰਦੇ